अस्सलाम वालेकुम गाइस, वेलकम बैक टू द रिएक्शन। मेरे को रिएक्शन वीडियो लाके आ गए जनाब। जड़ी अदर रिएक्शन वीडियो ओदा नाम है बेवफा कोका बंटी बेंस दा गाना है, ते मतलब जॉर्डन सन उन्होंने गाया है, ते जे कोर बंटी में फीचरिंग बंटी मेंस एंड जे कोर, ते डायरेक्टेड बाय अमनप्रीत कौर बेंस, ते डायलॉग जगदीप सिद्धू, ते जनाबी अली। गाना आया वंस मोर चैनल है उहदे ते, ते 5 मिलियन 5.5 मिलियन व्यूज आ गए ने गाने ते, ते लख लाइक आ गए। वाओ दैट्स अ हिट। ते मैनू रिक्वेस्ट आ रही हैं, ते मैं उंजे भी मैं जदों वेख रहा कोई गाने गुने ये वो, ते वो मतलब उत्थे दरम्यान विच आ रहा है गाना, ते मैं क्या क्यों नहीं भाई सुनने आ नवा गाना आया जॉर्डन संधू दा। बिग फैन ऑफ जॉर्डन संधू। म्यूजिक किया गया है जस्सी एक्स ने। जस्सी एक्स का मैं पहले गाना म्यूजिक सुने हैं, ते लिरिक्स ते कंपोजर एंड स्टेरिंग बंटी मेंस। बंटी मेंस बहुत सोहने लिरिक्स होंगे ने। तो चलने जनाबी अली गाने अल। तो स्पैशल थैंक्स टू फॉर स्पैशल थैंक्स फॉर वॉइस ओवर दिलजीत दोसांझ एंड नीरू बाजवा। इन्होंने दोवों की भी वॉइस ओवर भी सुनने को लगेगी, देखने की हिसाब है। तो मैं बिल्कुल गाना नहीं सुनया, बिल्कुल वीडियो नहीं वेखी, बिल्कुल ऑडियो नहीं सुनया, तो वेखने कैसा गाना है, की हिसाब है, कैसी वीडियो लिया गई है। तो गुड टू सी बंटी बेंस इन अ वीडियो। चलिए इन 3, 2, 1 स्टार्ट। बाबी का नाम गो, बाकी का सारा दिन तेरे लिखे, फिर भी क्यों जिन तेरे ना करती, पर तू पलों के हिसाब मंगता सी, जो सवाल ही नहीं सी तू उन्हां दे जवाब मंगता सी। डायलॉग आके पाजी तुसी बोलो। हाँ मंडी में इसने आके He looks sad, dog, and angry. ਤੋਰ ਵੇਖ ਕੇ ਲੱਗਦਾ ਹੋ ਗਿਆ ਯਾ ਸਿਰ ਬਗਾਨਿਆਂ ਦਾ ਰੀਜ਼ਨ ਸਮਝ ਚ ਆਇਆ ਮੰਥ ਤੋਂ ਚੱਲੇ ਬਹਾਨਿਆਂ ਦਾ ਸਾਡੇ ਲਈ ਕੰਮ ਔਖਾ ਤੇਰੇ ਲਈ ਸੌਖਾ ਨੀ ਅੱਖੀਆਂ ਦੇ ਵਿੱਚ ਸੁਰਮਾ ਸੁਰਮੇ ਦੇ ਵਿੱਚ ਧੋਖਾ ਨੀ ਤੇਰੇ चुन्नी ला सिर ते Videos like a movie, bro. ਬੁੱਲੀਆਂ ਵਾਲੀ ਸੁਰਖੀ ਦਾ ਵੀ ਰੰਗ ਬਦਲ ਗਿਆ ਨੀ ਦੋ ਤਿੰਨ ਵਿਕਾਂ ਵਿੱਚ ਬੋਲਣ ਦਾ ਢੰਗ ਬਦਲ ਗਿਆ ਨੀ ਦੱਸ ਦੇ ਕੀ ਦਾ ਚੜਿਆ ਰੰਗ ਤੇਰੇ ਤੇ ਚੋਖਾ ਨੀ ਰੰਗ ਤੇਰੇ ਤੇ ਚੋਖਾ ਚੜਿਆ ਅੱਖੀਆਂ ਦੇ ਵਿੱਚ ਸੁਰਮਾ ਸੁਰਮੇ ਦੇ ਵਿੱਚ ਧੋਖਾ The chorus is good, yaar. ਅੱਖੀਆਂ ਦੇ ਵਿੱਚ ਸੁਰਮਾ ਸੁਰਮੇ ਦੇ ਵਿੱਚ ਧੋਖਾ ਨੀ ਕੀ ਬਾਤ ਹੈ ਤੇਰੇ ਵਾਂਗੂ ਬੇਵਫਾ ਤੇਰੇ ਨੱਕ ਦਾ ਧੋਖਾ ਨੀ ਸਮਝ ਨਹੀਂ ਆਉਂਦੀ ਕੀ ਦੇ ਨਾਲ ਤੈਨੂੰ ਕਰਾਂ ਰਿਲੇਟ ਤੁੜੇ ਦਿਲ ਕਮਲੇ ਨੂੰ ਹੋਈ ਨਾ ਤੇਰੇ ਨਾਲ ਹੇਟ ਤੁੜੇ ਜਾਂਦੀ ਜਾਂਦੀ ਸੁਣ ਜਾ ਸਾਡੇ ਦਿਲ ਦੀਆਂ ਹੁਕਾਂ क्यों टूट गई है मतलब की साहब दे धोखा करन मशूकानी ओ यार कल्ला कल्ला वादा है नहीं निकले आ फोकानी हां ओ ओ ओ ओ अखियां दे विच सुरमा सुरमे दे विच धोखा नी तेरे वांगू बेवफा तेरे नक दा कोठा नी अखियां दे विच सुरमा सुरमे दे विच धोखा क्या बात है
ਪਰ ਉਹਨੂੰ ਕੋਕਾ ਨਹੀਂ ਨਾ ਪਵਾਇਆ ਮੈਂ ਮੀਨ ਮੈਂ ਫਨੀ ਨਹੀਂ ਹੋਣਾ ਚਾਹ ਰਿਹਾ ਪਰ ਕੋਕਾ ਪਾਉਣਾ ਚਾਹੀਦਾ ਆ ਦੈਟ ਵੁੱਡ ਬੀ ਮਤਲਬ ਸਹੀ ਲੱਗਣਾ ਆ ਗਾਣਾ ਆਸ਼ਿਕ ਰਿਸਕ ਚ ਪਾਈ ਰੱਖ ਦੇ ਐਵੇਂ ਜਾਨਾਂ ਨੂੰ ਯਾਰ ਬਦਲਣਾ ਸੌਖਾ ਹੀ ਕੰਮ ਲੱਗੇ ਰਕਾਨਾਂ ਨੂੰ ਓਹੋ ਅੱਛਾ ਛੱਡ ਕੇ ਜਾਣ ਵਾਲੀ ਦੇ ਸੁਣਿਆ ਯਾਰ ਬਥੇਰੇ ਨੇ ਬੈਸ ਬੈਸ ਕੋਲ ਅੱਜ ਵੀ ਵੇਖ ਸਟਾਰ ਬਥੇਰੇ ਛੱਡ ਕੇ ਕਿਹੜਾ ਮਹਾਰ ਲਿਆ ਦੱਸ ਛਿੱਕਾ ਚੌਕਾ ਨੀ ਆ ਗਿਆ ਹੈ ਆ ਕੀ ਹਾਲ ਬਣਾਇਆ ਫੋਨ ਕਿੱਥੇ ਤੇਰਾ ਯਾਰ ਮੇਰੇ ਕਜ਼ਨ ਆਏ ਹੋਏ ਸੀ ਮੈਂ ਉਹਨਾਂ ਨਾਲ ਬਿਜ਼ੀ ਸੀ ਦੱਸ ਮੈਂ ਥਾ ਆਪਾਂ ਸ਼ਾਮ ਨੂੰ ਮਿਲਦੇ ਹਾਂ ਠੀਕ ਹੈ ਅੱਖੀਆਂ ਦੇ ਵਿੱਚ ਸੁਰਮਾ ਸੁਰਮੇ ਦੇ ਵਿੱਚ ਧੋਖਾ ਮੜਾ ਹੋ ਗਿਆ ਗੱਲ ਕੀਤੀ ਤੂੰ ਚੱਕੀ ਨੀ ਮੈਂ ਫੋਨ ਸੱਟ ਸੜਿਆ ਗ੍ਰੇਟ ਐਕਟਿੰਗ ਬਾਏ ਬੰਡੀ ਬੇਨਸ ਐਂਡ ਦਿਸ ਐਕਟਰੈਸ ਜੇ ਕੋਰ ਬਿਊਟੀਫੁਲ ਸੌਂਗ ਬੇਵਫਾ ਕੋਕਾ ਆਲਰਾਈਟ ਜਨਾਬੇ ਆਲੀ ਆਇਆ ਗਾਣਾ ਬਹੁਤ ਅੱਛਾ ਗਾਣਾ ਬਹੁਤ ਸੋਹਣਾ ਗਾਣਾ ਲਿਖਿਆ ਗਿਆ ਸਪੈਸ਼ਲੀ ਬੰਡੀ ਮੇਨਸ ਵੱਲੋਂ ਬਹੁਤ ਪਿਆਰਾ ਲਿਖਿਆ ਗਿਆ ਅਤੇ ਮੁੰਡੇ ਨੇ ਬਹੁਤ ਅੱਛਾ ਗਾਇਆ ਯਾਰ ਜੋਰਡਨ ਸੰਧੂ ਇਜ਼ ਕਿਲਿੰਗ ਇਟ ਅਤੇ ਜੋਰਡਨ ਸੰਧੂ 'ਤੇ ਫੀਚਰਿੰਗ ਗਾਣਾ ਆਇਆ ਆ ਉਹਦੇ ਉਹ ਵੀ ਬੰਡੀ ਮੇਨਸ ਨਾਲ ਹੀ ਗਾਣਾ ਆਇਆ ਜ਼ਿਆਦਾਤਰ ਬੰਡੀ ਮੇਨਸ ਅਤੇ ਜੋਰਡਨ ਸੰਧੂ ਇਕੱਠੇ ਹੀ ਗਾਣੇ ਕਰਦੇ ਨੇ ਮੈਨ ਮੈਨੂੰ ਗਾਣੇ ਦਾ ਨਾਂ ਨਹੀਂ ਯਾਦ ਆ ਰਿਹਾ ਬਹੁਤ ਸੋਹਣਾ ਗਾਣਾ ਆਇਆ ਆ ਪਰ ਗਾਣੇ ਦਾ ਨਾਂ ਆ ਡੂ ਯੂ ਰਿਮੈਂਬਰ ਮੈਨ ਆਈ ਲਵ ਦੈਟ ਸੌਂਗ ਸਟਿਲ ਅਤੇ ਉਸ ਵੀਡੀਓ ਉਹ ਗਾਣੇ ਦੇ ਲੀਰਿਕਸ ਔਰ ਗਾਣੇ ਦੀ ਵੀਡੀਓ ਬਹੁਤ ਅੱਛੀ ਹੋਈ ਅਤੇ ਇਸ ਵੀਡੀਓ ਦੀ ਗੱਲ ਕਰੀਏ ਮੈਂ ਨਾ ਕਿਆ ਬਾਤ ਹੈ ਵੀਡੀਓ ਮੈਂ ਮਤਲਬ ਪੂਰੀ ਨਾ ਕਾਇੰਡ ਆਫ ਲੱਗ ਰਹੀ ਆਈ ਮੂਵੀ ਟਾਈਪ ਲੱਗ ਰਹੀ ਹੈ ਅਤੇ ਸ਼ੁਰੂ ਹੀ ਚਾਹ ਰਹੇ ਲਾਈਕ ਉਹਨਾਂ ਡਾਇਲੋਗ ਪਾਏ ਨੇ ਮਤਲਬ ਨੀਰੂ ਬਾਜਵਾ ਅਤੇ ਦਿਲਜੀਤ ਦੇ ਅਤੇ ਬਹੁਤ ਅੱਛੇ ਸੋਹਣੇ ਡਾਇਲੋਗ ਲੀਰਿਕਸ ਲਿਖੇ ਗਏ ਹੈ ਬੰਡੀ ਮੇਨਸ ਦੇ ਵੱਲੋਂ ਅਤੇ ਓਵਰਆਲ ਜੋਰਡਨ ਸੰਧੂ ਨੇ ਬਹੁਤ ਪਿਆਰਾ ਗਾਇਆ ਬਹੁਤ ਸੋਹਣੇ ਰਾਗ ਲਾਏ ਨੇ ਬਹੁਤ ਪਿਆਰਾ ਲਿਖਿਆ ਗਿਆ ਅਤੇ ਇੱਕ ਦੋ ਕੁਝ ਆਏ ਮਤਲਬ ਉਹਨੂੰ ਕੁੜੀ ਨੂੰ ਮਤਲਬ ਐਕਟਰੈਸ ਨੂੰ ਕੋਕਾ ਪਵਾਉਣਾ ਚਾਹੀਦਾ ਕਿਉਂਕਿ ਉਹ ਕੋਕੇ ਦੀ ਗੱਲ ਹੋ ਰਹੀ ਹੈ ਗਾਣੇ ਦੇ ਵਿੱਚ ਸੋ ਕੋਕਾ ਪਵਾਉਣਾ ਚਾਹੀਦਾ ਜੇ ਵੋ ਉਹਦੇ ਨਾਲ ਥੋੜ੍ਹਾ ਹੋਰ ਗਾਣੇ 'ਚ ਥੋੜ੍ਹੀ ਨਾ ਸਹੀ ਲੱਗਣਾ ਆਇਆ ਅਤੇ ਬਟ ਅਦਰ ਦੈਨ ਦੈਟ ਮੈਂ ਨਹੀਂ ਆਉਂਦਾ ਪਿਆ ਗਾਣਾ ਬਕਵਾਸ ਹੋ ਗਿਆ ਉਸ ਤੋਂ ਬਗੈਰ ਮਤਲਬ ਗਾਣਾ ਕੁਝ ਨਾ ਕੋਈ ਕੱਖ ਨਹੀਂ ਰਿਹਾ ਗਾਣੇ ਦਾ ਪਰ ਉਂਝੇ ਮੈਂ ਗੱਲ ਕਰਨਾ ਪਿਆ ਪਰ ਓਵਰਆਲ ਬੇਵਫਾ ਕੋਕਾ ਸੋਹਣਾ ਗਾਣਾ ਲਿਖਿਆ ਗਿਆ ਗਾਇਆ ਗਿਆ ਕੰਪੋਜ਼ ਕੀਤਾ ਗਿਆ ਅਤੇ ਮਿਊਜ਼ਿਕ ਜੱਸੀ ਐਕਸ ਨੇ ਬਹੁਤ ਪਿਆਰਾ ਕੀਤਾ ਅਤੇ ਵੀਡੀਓ ਬੈਸਟ ਹੈ ਯਾਰ ਅਤੇ ਸਟੋਰੀ ਟਾਈਪ ਹੈ ਰੀ ਲਵ ਸਟੋਰੀ ਟਾਈਪ ਵੀਡੀਓਜ਼ ਅਤੇ ਹੈ ਵੀ ਸਟੋਰੀ ਵਾਲੀ ਵੀਡੀਓ ਬਾਈ ਅਤੇ ਬਹੁਤ ਬਹੁਤ ਸੋਹਣੀ ਕੀਤੀ ਗਈ ਮੈਂ ਅਤੇ ਮੈਂ ਜੇ ਕੋਰ ਨੂੰ ਪਹਿਲੀ ਵਾਰੀ ਵੇਖ ਰਿਹਾ ਮੈਂ ਪਹਿਲਾਂ ਕੋਈ ਇਹਨਾਂ ਦੀ ਕੋਈ ਵੀਡੀਓ ਜਾਂ ਕੋਈ ਇਹਨਾਂ ਦੀ ਐਕਟਿੰਗ ਜਾਂ ਇਹਨਾਂ ਦੀ ਕੋਈ ਐਸੀ ਕੋਈ ਗਾਣੇ ਵਿੱਚ ਨਹੀਂ ਕੋਈ ਫੀਚਰਿੰਗ ਵੇਖੀ ਹੈ ਮੈਂ ਪਹਿਲੀ ਵਾਰੀ ਵੇਖ ਰਿਹਾ ਅਤੇ ਮੈਨੂੰ ਲੱਗਦਾ ਜਿਹੜਾ ਡੂ ਯੂ ਰਿਮੈਂਬਰ ਗਾਣਾ ਉਹਦੇ ਵਿੱਚ ਵੀ ਬੰਡੀ ਮੇਨਸ ਹੈ ਮੈਂ ਬੰਡੀ ਮੇਨਸ ਨੂੰ ਦੂਜੀ ਵਾਰੀ ਵੇਖ ਰਿਹਾ ਠੀਕ ਹੈ ਅਤੇ ਮੈਂ ਪਹਿਲਾਂ ਕਦੇ ਵੇਖਿਆ ਪਰ ਆਈ ਡੋਂਟ ਰੀਅਲੀ ਰਿਮੈਂਬਰ ਅਤੇ ਆ ਸ਼ੁਰੂ ਚੱਲ ਰਿਹਾ ਲਾਈਕ ਇਹ ਪੂਰੀ ਸਟੋਰੀ ਗਾਣਾ ਆਇਆ ਅਤੇ ਮਤਲਬ ਮੈਨੂੰ ਲੱਗ ਰਿਹਾ ਆ ਕਿ ਯਾਰ ਉਹਦੇ ਕਜ਼ਨ ਹੈ ਉਹਦਾ ਕੋਈ ਲੱਗਦਾ ਤਾਂ ਮਤਲਬ ਤਾਂ ਉਹ ਲੱਗੀ ਹੈ ਅਤੇ ਉਤੋਂ ਚਾਹ ਰਿਹਾ ਗੁੱਸਾ ਉਹਨੂੰ ਅਤੇ ਉਂਝ ਉਹਦੇ ਯਾਰ ਕਜ਼ਨ ਆ ਫਿਰ ਰਹਿੰਜੀ ਗੱਲਬਾਤ ਹੁੰਦੀ ਹੈ ਯੂਨੋ ਅਤੇ ਆਹਰ ਦੇ ਫਿਰ ਆਉਂਦੀ ਮੇਰੇ ਕਜ਼ਨ ਆਏ ਅਤੇ ਕਿ ਮਿਲਨੇ ਆ ਕੱਲ੍ਹ ਸ਼ਾਮੀ ਅਤੇ ਉਹ ਖੁਸ਼ ਹੋ ਜਾਂਦਾ ਖੁਸ਼ ਬਾਦਸ਼ਾਹ ਹਰ ਤੇ ਵਿਚ ਇਜ਼ ਗ੍ਰੇਟ ਜਨਾਬੀ ਵੱਲ ਤੁਹਾਨੂੰ ਗਾਣਾ ਅੱਛਾ ਲੱਗਿਆ ਵੀਡੀਓ ਅੱਛੀ ਲੱਗੀ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਮੈਨੂੰ ਕੈਂਟ ਕਰਨ ਲੱਗਿਆ ਲਾਰੀ ਵੀ ਜ਼ਰੂਰ ਵੱਜੂਗਾ ਸਬਸਕ੍ਰਾਈਬ ਵੀ ਕਰਿਓ ਲਾਈਕ ਵੀ ਕਰਿਓ ਕਮੈਂਟ ਕਰਕੇ ਤੁਹਾਡੀ ਕੋਈ ਹੋਰ ਰਿਕਮੈਂਡੇਸ਼ਨ ਹੋਈ ਜ਼ਰੂਰ ਦੱਸਿਓ ਤੁਸੀਂ ਮੈਨੂੰ ਸੋਸ਼ਲ ਮੀਡੀਆ 'ਤੇ ਫੋਲੋ ਕਰ ਸਕਦੇ ਹੋ ਸਾਰਾ ਲਿੰਕ ਡਿਸਕ੍ਰਿਪਸ਼ਨ ਵਿੱਚ ਨੇ ਸਾਈਡਾਂ 'ਤੇ ਵੀ ਆ ਰਹੇ ਹੋਣੇ ਨੇ ਮੈਂ ਤੁਹਾਨੂੰ ਵੇਖਾਂ ਅਗਲੀ ਵੀਡੀਓ ਵਿੱਚ ਅੰਟਿਲ ਦੈਨ ਅਸਲਾਮ ਅਲੈਕੁਮ